ਕਿਹਾ ਉਹਨਾਂ ਨੇ ਇਸ ਰਾਤ ਵੇਲੇ ਜੋ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਹੁਣ ਤੱਕ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦਾ ਕੋਈ ਫੈਸਲਾ ਨਹੀਂ ਕੀਤਾ ਗਿਆ। ਆਖਰੀ ਫੈਸਲੇ ਤੇ ਪਹੁੰਚਣ ਤੋਂ ਪਹਿਲਾਂ ਕਈ ਪੱਖਾਂ ਤੇ ਚਰਚਾ ਹਲੇ ਬਾਕੀ ਹੈ। ਤੁਹਾਨੂੰ ਦੱਸ ਦਈਏ ਕਿ ਰਾਵਤ ਦੇ ਬਿਆਨ ਤੋਂ ਬਾਅਦ ਹੀ ਜੋ ਹੈ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸਨ। ਦੋਹਾਂ ਧੜਿਆਂ ਦੇ ਵੱਲੋਂ ਵੀ ਆਪੋ ਆਪਣੇ ਪੱਧਰ ਤੇ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਗਈਆਂ ਤੇ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਸਿਸਵਾ ਫਾਰਮ ਹਾਊਸ ਵਿੱਚ ਆਪਣੇ ਹਮਾਇਤੀਆਂ ਨਾਲ ਬੈਠਕ ਕੀਤੀ, ਹਾਈ ਕਮਾਨ ਤੱਕ ਸੋਨੀਆ ਗਾਂਧੀ ਤੱਕ ਇਹ ਮੈਸੇਜ ਪਹੁੰਚਾ ਦਿੱਤਾ ਗਿਆ ਉਹਨਾਂ ਦੇ ਵੱਲੋਂ ਦੀ ਕਿ ਉਹਨਾਂ ਨੂੰ ਨਵਜੋਤ ਸਿੱਧੂ ਮਨਜ਼ੂਰ ਨਹੀਂ ਨੇ, ਇਸ ਤੇ ਇਸ ਫੈਸਲੇ ਦੇ ਨਾਲ ਜੋ ਹੈ ਕਾਂਗਰਸ ਪਾਰਟੀ ਦੁਫਾੜ ਹੋ ਜਾਵੇਗੀ। कोई भी फैसला इस फैसले आप जो कह रहे हैं इसके चारों तरफ ही होगा। अभी कोई कई लॉजिस्टिक एंड्स हैं जिनको जो है जोड़ना है।